ਦੇ ਵਿਣ ਨਾ ਵੈ ਹੋਰ ਮੰਗਣਾ ਵਿਣ ਨਾ ਵੈ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਵਾਇਆ ਮਾਰਿਆ ਸਿੱਕਾ ਜਗ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਦੇ ਵਾਲੀ ਸਿੱਖ ਧਰਮ ਦੇ ਬਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 553ਵੇਂ ਅਵਤਾਰ ਪੁਰਬ ਦੀਆਂ ਸਮੂਹ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਧੰਤਾ ਦੇ ਉਹੋ ਆਪ ਸਾਰੇ ਜਿਨ੍ਹਾਂ ਨੂੰ ਸਤਿਗੁਰਾਂ ਦਾ ਅਵਤਾਰ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦਾ ਕਥਨ ਹੈ ਗੁਰਬਾਣੀ ਤਿਨਾ ਗੁਰਸਿੱਖਾਂ ਪਾਏ ਭਗਤ ਗੁਰ ਪੁਰਬ ਕਰਨ ਦੇ ਅੱਜ ਅਸੀਂ ਉਸ ਮਹਾਨ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਸਤਿਗੁਰਾਂ ਦਾ ਅਵਤਾਰ ਪੁਰਬ ਮਨਾ ਰਹੇ ਹਾਂ ਜਿਨ੍ਹਾਂ ਨੇ ਉਸ ਸਮੇਂ ਦੀਆਂ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਕੁਰੀਤੀਆਂ ਦਾ ਨਾ ਕੇਵਲ ਡਟ ਕੇ ਵਿਰੋਧ ਕੀਤਾ ਸਗੋਂ ਉਹਨਾਂ ਨੂੰ ਜੜੋਂ ਕੁੱਟਣ ਦਾ ਨਿਸ਼ਚਾ ਕੀਤਾ ਸੋ ਇਸ ਸ਼ੁਭ ਅਵਸਰ ਤੇ ਦਾਸ ਸ਼ੈਨਵੀਰ ਸਿੰਘ ਆਪ ਜੀ ਨਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਇੱਕ ਕਵਿਤਾ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਹਾਂ ਸਾਹਿਬ ਦੀ ਸਿਫਤ ਸੁਣਾਵਣ ਲਈ ਸਾਹਿਬ ਦੀ ਸਿਫਤ ਸੁਣਾਵਣ ਲਈ ਅੱਜ ਆਏ ਆਲਮ ਸਾਰੇ ਨੇ ਕਿਸੇ ਸ਼ਬਦ ਗਾਇਆ ਗੁਰਬਾਣੀ ਦਾ ਕਿੰਜ ਕੀਤੇ ਭਾਸ਼ਣ ਭਾਰੇ ਨੇ ਕਿਸੇ ਗੀਤ ਤਰੰਨਮ ਵਿੱਚ ਪੜਿਆ ਕਿਸੇ ਗੀਤ ਤਰੰਨਮ ਵਿੱਚ ਪੜਿਆ ਕਿਸੇ ਬੈਂਤ ਕਵਿਤ ਉਚਾਰੇ ਨੇ ਕਿਸੇ ਚਰਚਾ ਕੀਤੀ ਬਚਪਨ ਦੀ ਕਿੰਜ ਕੀਤੇ ਛੋਜ ਨਿਆਰੇ ਨੇ ਕਿਸੇ ਕਿਹਾ ਕੀਸਾ ਕੌਡੇ ਦਾ ਕਿਸੇ ਕਿਹਾ ਕੀਸਾ ਕੌਡੇ ਦਾ ਕਿੰਜ ਤਪਤ ਕੜਾ ਹੇਠਾਰੇ ਨੇ ਉਪਮਾ ਤੇ ਸਿਫਤ ਸਲਾਹ ਕਰਦੇ ਸਭ ਆਲਮ ਫਾਜ਼ਲ ਸਾਰੇ ਨੇ ਆਕਾਸ਼ ਚ ਉਤਨੇ ਤਾਰੇ ਨੀ ਜਿਸਨੇ ਗੁਰੂ ਨਾਨਕ ਨੇ ਤਾਰੇ ਨੇ ਤੇਰੀ ਅਜਮਤ ਦੇ ਕੀ ਕਹਿਣੇ ਨੇ ਤੇਰੀ ਅਜਮਤ ਦੇ ਕੀ ਕਹਿਣੇ ਨੇ ਸਭ ਪਾਣੇ ਕੀਤੀ ਛਾਇਆ ਸੀ ਕਿਤੇ ਖੇਤ ਹੋਏ ਸਭ ਹਰੇ ਭਰੇ ਕਿੰਜ ਪਾਂਦੇ ਤਾਈ ਪੜਾਇਆ ਸੀ ਕਿਤੇ ਅਰਸ਼ ਜਨੇਊ ਪਾਵਣ ਲਈ ਕਿਤੇ ਅਰਸ਼ ਜਨੇਊ ਪਾਵਣ ਲਈ ਪੰਡਤ ਨੂੰ ਭੇਦ ਬਤਾਇਆ ਸੀ ਕਿ ਸੱਚੇ ਸੌਦੇ ਕੀਤੇ ਸਨ ਬਾਪੂ ਨੇ ਬੁਰਾ ਮਨਾਇਆ ਸੀ ਮਾਈ ਦੌਲਤ ਤੇਰੇ ਤੋਂ ਸਦਕੇ ਮਾਈ ਦੌਲਤ ਤੇਰੇ ਤੋਂ ਸਦਕੇ ਗਏ ਰਾਏ ਬੁਲਾਰ ਬਲਿਹਾਰੇ ਨੇ ਆਕਾਸ਼ ਚ ਉਤਨੇ ਤਾਰੇ ਨੀ ਜਿੰਨੇ ਗੁਰੂ ਨਾਨਕ ਨੇ ਤਾਰੇ ਨੇ ਜਗਨਾਥਪੁਰੀ ਦਾ ਮੰਦਰ ਸੀ ਜਗਨਾਥਪੁਰੀ ਦਾ ਮੰਦਰ ਸੀ ਭਾਂਡੇ ਸਲਟਲ ਖੜਕਾਉਂਦੇ ਪਏ ਪੂਜਾ ਅਰਚਾ ਵੰਦਨਾ ਕਰਕੇ ਠਾਕਰ ਨੂੰ ਭੋਗ ਲਗਾਉਂਦੇ ਪਏ ਥਾਲਾਂ ਵਿੱਚ ਦੀਵੇ ਰੱਖ ਰੱਖ ਕੇ ਥਾਲਾਂ ਵਿੱਚ ਦੀਵੇ ਰੱਖ ਰੱਖ ਕੇ ਜੋਤਾਂ ਤੇ ਜੋਤ ਜਗਾਉਂਦੇ ਪਏ ਉਭਰੀ ਕਿਧਰੇ ਚਬਰੀ ਕਿਧਰੇ ਸੰਖਾਂ ਦਾ ਸ਼ੋਰ ਮਚਾਉਂਦੇ ਪਏ ਕਿਤੇ ਦੀਪ ਜਗੇ ਕਿਤੇ ਦੀਪ ਜਗੇ ਕਿਤੇ ਧੂਪ ਮਗੇ ਕਿਤੇ ਚੰਦਨ ਬਹੁਤ ਕਸਾਉਂਦੇ ਪਏ ਕਿਤੇ ਵਰਖਾ ਕਰਕੇ ਫੁੱਲਾਂ ਦੀ ਢੋਲਕ ਮਰਦੰਗ ਵਜਾਉਂਦੇ ਪਏ ਸਤਿਗੁਰ ਕਹਿੰਦੇ ਪੜਤੋ ਹੋਸ਼ ਕਰੋ ਸਤਿਗੁਰ ਕਹਿੰਦੇ ਪੜਤੋ ਹੋਸ਼ ਕਰੋ ਕਿ ਫੋਕਟ ਕਰਮ ਕਮਾਉਂਦੇ ਪਏ ਉਹਦੀ ਆਰਤੀ ਹਰਦਮ ਹੋ ਰਹੀ ਹੈ ਤੁਸੀਂ ਆਖੀ ਕੁਫਰ ਕਮਾਉਂਦੇ ਪਏ ਉਹਦਾ ਥਾਲ ਗਗਨ ਕਿਤਨਾ ਵੱਡਾ ਉਹਦਾ ਥਾਲ ਗਗਨ ਕਿਤਨਾ ਵੱਡਾ ਤੁਸੀਂ ਆਖੀ ਥਾਲ ਕਮਾਉਂਦੇ ਪਏ ਉਹਦੀ ਚੰਦ ਸੂਰਜ ਦੇ ਕੁਲ ਤਾਰੇ ਦਿਨ ਰਾਤੀ ਜੋਤ ਜਗਾਉਂਦੇ ਪਏ ਇਹ ਚਮਨ ਭਰੇ ਹੋਏ ਫੁੱਲਾਂ ਦੇ ਇਹ ਚਮਨ ਭਰੇ ਹੋਏ ਫੁੱਲਾਂ ਦੇ ਪਰ ਭੱਜ ਕੇ ਮਹਿਕ ਲਟਾਉਂਦੇ ਪਏ ਕੀ ਜਾਣੇ ਕਿੰਨੇ ਦੇਵ ਦੇਵੀ ਉਹਦੀ ਦਰ ਤੇ ਅਲਖ ਜਗਾਉਂਦੇ ਪਏ ਸਭ ਪੰਡਤ ਚਰਨੀ ਆ ਟੁੱਕੇ ਸਭ ਪੰਡਤ ਚਰਨੀ ਆ ਟੁੱਕੇ ਜਿਨ੍ਹਾਂ ਦੇ ਧਰਮ ਤਾਰੇ ਨੇ ਆਕਾਸ਼ ਚ ਉਤਨੇ ਤਾਰੇ ਨੀ ਜਿੰਨੇ ਗੁਰੂ ਨਾਨਕ ਨੇ ਤਾਰੇ ਨੇ ਗੁਰੂ ਨਾਨਕ ਹਰਿਦੁਆਰ ਗਏ ਗੁਰੂ ਨਾਨਕ ਹਰਿਦੁਆਰ ਗਏ ਜਦ ਨਦਰ ਨਦੀ ਦੇ ਬਲ ਮਾਰੀ ਪਿਤਰਾਂ ਨੂੰ ਪਾਣੀ ਦੇ ਰਹੀ ਸੀ ਕੁਲ ਜਨਤਾ ਫਰਮਾਤੀ ਮਾਰੀ ਗੰਗਾ ਵਿੱਚ ਉਤਰੇ ਬਾਬਾ ਜੀ ਗੰਗਾ ਵਿੱਚ ਉਤਰੇ ਬਾਬਾ ਜੀ ਖਬਰੇ ਮਨ ਦੇ ਵਿੱਚ ਕੀ ਤਾਰੀ ਸਭ ਪੂਰਬ ਨੂੰ ਪਾਣੀ ਦੇ ਰਹੇ ਸੀ ਚੜ ਚੂਲੀ ਪੱਛਮ ਬਲ ਮਾਰੀ ਤੱਕ ਉਲਟਾ ਕੰਮ ਇਹ ਬਾਬੇ ਦਾ ਤੱਕ ਉਲਟਾ ਕੰਮ ਇਹ ਬਾਬੇ ਦਾ ਹੈਰਾਨ ਹੋਏ ਸਭ ਨਰ ਨਾਰੀ ਕੁਝ ਪੰਡਿਤ ਆ ਕੇ ਪੁੱਛਦੇ ਨੇ ਕੁਝ ਪੰਡਿਤ ਆ ਕੇ ਪੁੱਛਦੇ ਨੇ ਤੇ ਮਸਤਾ ਗਈ ਹੈ ਨਹੀਂ ਮਾਰੀ ਕਿਉਂ ਉਲਟਾ ਪਾਣੀ ਦੇ ਰਹੇ ਹੋ ਹੋਕੇ ਪਿਤਰਾ ਕੋ ਇਨਕਾਰੀ ਗੁਰੂ ਕਹਿੰਦੇ ਵਿੱਚ ਕਰਤਾਰਪੁਰੇ ਗੁਰੂ ਕਹਿੰਦੇ ਵਿੱਚ ਕਰਤਾਰਪੁਰੇ ਮੇਰੀ ਖੇਤੀ ਸੋਕੇ ਦੀ ਮਾਰੀ ਮੈਂ ਉਸਨੂੰ ਪਾਣੀ ਦੇਂਦਾ ਹਾਂ ਹੈਰਾਨੀ ਤੁਹਾਨੂੰ ਕਿਉਂ ਪਾਰੀ ਮੇਰੇ ਖੇਤ ਤਾਂ ਬਿਲਕੁਲ ਨੇੜੇ ਨੇ ਮੇਰੇ ਖੇਤ ਤਾਂ ਬਿਲਕੁਲ ਨੇੜੇ ਨੇ ਵਿੱਚ ਕੁਝ ਕੋ
ਸੁਣੀ ਜਿੰਨੇ ਗੁਰੂ ਨਾਨਕ ਨੇ ਤਾਰੇ ਨੇ ਆਕਾਸ਼ ਚ ਉਤਨੇ ਤਾਰੇ ਦੀ ਜਿੰਨੇ ਗੁਰੂ ਨਾਨਕ ਨੇ ਤਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।